ਲਓ ਜੀ ਲੈਲ ਸਾਹਿਬ ਜੀ, ਯਾਰ ਚੱਲੇ ਕੁਚੀਲਾ ਦੇ ਫਾਈਨਲ ਸ਼ੂਟ ਤੇ ਅਸੀਂ ਪਹੁੰਚ ਚੁੱਕੇ ਆ। ਬਿਲਕੁਲ ਤੇ ਸਾਡੇ ਨਾਲ ਜਿਹਨੇ ਫਿਲਮ ਲਿਖੀ ਹੈ, ਭਿਆਨਕ ਜਿਹਾ ਬੰਦਾ ਹੈ। ਸਤਿ ਸ੍ਰੀ ਅਕਾਲ ਜੀ। ਇਹ ਰਾਈਟਰ ਬਹੁਤ ਵਧੀਆ ਪਰ ਅੱਜ ਫਿਲਮ ਦਾ ਆਪਣਾ ਕਲਾਈਮੈਕਸ ਸ਼ੂਟ ਕਰਾਂਗੇ ਜੀ, ਤੇ ਇਸ ਤੋਂ ਬਾਅਦ ਫਿਰ ਸਿਨੇਮਾ ਘਰਾਂ ਦੇ ਵਿੱਚ ਆਊ। ਕਿਆ ਬਾਤ ਹੈ। ਆ ਦੇਖੋ ਤੁਹਾਨੂੰ ਨਾ ਅੱਗੇ ਬੰਦੇ ਮਿਲਾਉਂਦੇ ਆ, ਬੰਦੇ ਬਾਲੇ ਘੈਂਟ ਘੈਂਟ ਖੜੇ ਨੇ। ਆ ਦੇਖੋ ਆ ਤੁਸੀਂ ਜ਼ਰੂਰ ਦੇਖਿਆ ਹੋਣਾ ਕਿਸੇ ਨਾ ਕਿਸੇ। ਸਤਿ ਸ੍ਰੀ ਅਕਾਲ। ਇਹ ਬੰਦਾ ਕਿੱਥੇ ਦੇਖਿਆ, ਕਿੱਥੇ ਹੈ? ਮੋਟੇ ਵਿੱਚ ਪਤਲਾ ਬੰਦਾ, ਪਤਲਾ ਇਹ ਨਾ ਭਾਜੀ ਪਰੇ ਜੇ ਰੱਖੋ ਮੂੰਹ ਵੱਡਾ ਲੱਗਦਾ। ਇੱਕ ਹੋਰ ਗੱਲ ਹੈ ਤੁਹਾਡੀ, ਇੱਕ ਗੱਲ ਤੇ ਮੈਂ ਨਾ ਡੇਲੀ ਪਤਾ ਕੀ ਕਹਿਣਾ ਹੁੰਦਾ, ਜਦੋਂ ਘਰ ਵਾਲੀ ਮੈਨੂੰ ਐਂ ਕਹਿੰਦੀ ਨਾ, ਮੈਨੂੰ ਹੁੱਜਾ ਮਾਰਦੀ, ਮਤਲਬ ਤੰਗ ਕਰਦੀ ਮੈਨੂੰ, ਮੈਂ ਕਹਿ ਦੇਣਾ ਹੁਣ ਤੂੰ ਨਾ ਸੌਂ ਜਾ, ਮੈਨੂੰ ਨਜ਼ਾਰੇ ਲੈਣ ਦੇ। ਆ ਹੁਣ ਤੁਹਾਡੀ ਨਜ਼ਾਰੇ ਲੈਣ ਦੇ, ਸਾਡੀ ਤੁਹਾਡੇ ਨਜ਼ਾਰੇ ਵਾਲੇ ਚੱਕਰ 'ਚ ਮੇਰੇ ਰੋਜ਼ 20 ਮੁੱਕੀਆਂ ਪੈਂਦੀਆਂ ਨੇ। ਮੈਂ ਕਿਹਾ ਛੇੜ ਨਾ, ਮੈਂ ਹੁਣ ਨਜ਼ਾਰਿਆਂ 'ਚ ਮੈਨੂੰ ਖੋਣ ਦੇ। ਦੇਖੋ ਜੀ ਡਾਇਰੈਕਟਡ ਬਾਈ ਬੌਬੀ ਬਾਜਵਾ। ਹੈਲੋ ਜੀ, ਮੈਨੂੰ ਲੱਗਿਆ ਲਾਈਵ ਹੋ ਤੁਸੀਂ। ਨਹੀਂ ਲਾਈਵ ਨਹੀਂ। ਅੱਛਾ ਅੱਜ ਕਲਾਈਮੈਕਸ ਸ਼ੂਟ ਕਰ ਰਹੇ, ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਸਾਡੀ ਫਿਲਮ ਕੰਪਲੀਟ ਹੋ ਜਾਣੀ, ਇੱਕ ਛੋਟਾ ਜਿਹਾ ਸੀਨ ਅਤੇ ਬਹੁਤ ਅੱਛਾ ਕੰਮ ਕੀਤਾ ਸਾਰੀ ਟੀਮ ਨੇ, ਗਿਲ ਸਭ ਤੋਂ ਲੈ ਕੇ ਅਤੇ ਇੱਧਰ ਬਾਬੇ ਬੋਰਡ। ਬਾਬਾ ਬੋਰਡ ਨਹੀਂ, ਬੱਚਾ ਬੋਰਡ। ਬੱਚਾ ਬੋਰਡ। ਇੱਕ ਹੋਰ ਗੱਲ ਹੈ, ਇਹ ਮੈਂ ਕਹਿਣਾ ਹੁੰਦਾ ਲਾਡੀ ਇੱਧਰ ਆਈ ਮਾੜਾ ਜਿਹਾ ਦੱਸੀ, ਇੱਧਰ ਆਈ। ਇਹ ਪਹਿਲਾ ਬੰਦਾ ਹੈ ਜਿਹਦਾ ਨਾ ਘੱਟੋ ਘੱਟ 20 ਵਾਰ ਮੁਕਲਾਵਾ ਹੋ ਗਿਆ। ਨਿਆਣੇ ਹੁੰਦੇ ਸੀ, ਪਤਾ ਨੀ ਹੁੰਦਾ ਸੀਗਾ ਜਦੋਂ ਵਿਆਹ ਰਿਹਾਸਲ ਚ ਵਿਆਹ ਹੋ ਗਿਆ, ਹੁਣ ਅਸਲ ਦਾ ਹੁਣ ਪਤਾ ਲੱਗ ਗਿਆ। ਮੈਨੂੰ ਪ੍ਰਾਊਡ ਫੀਲ ਹੁੰਦਾ ਲਹਿਲ ਸਾਹਿਬ ਕਿ ਮੈਂ ਆਪਣੇ ਭਰਾ ਨਾਲ, ਬੌਬੀ ਨਾਲ, ਗੁਰਚੇਤ ਨਾਲ ਕੰਮ ਕਰਦਾ ਹਨਾ, ਤੇ ਦੁਨੀਆਂ ਸਿੱਕਾ ਮੰਨਦੀ ਹੈ ਇਹਨਾਂ ਦਾ ਕਾਮੇਡੀ ਦਾ। ਔਰ ਕਾਮੇਡੀ ਦਾ ਜੇ ਕੋਈ ਦੌਰ ਖੜਾ ਕੀਤਾ ਨਾ ਕਿਸੇ ਨੇ, ਕੋਈ ਸ਼ੱਕ ਵਾਲੀ ਪੂਰੀ ਅੱਧੀ ਫਿਲਮ ਪੂਰੀ ਫਿਲਮ ਇੰਡਸਟਰੀ ਔਰ ਮੈਸੇਜ ਵੀ ਦਿੱਤੇ। ਇਹ ਨਹੀਂ ਹੈ ਵੀ ਇਕੱਲੀ ਕਮੇਡੀ ਕੀਤੀ ਹੈ, ਇਸ ਸਿਸਟਮ ਦੇ ਉੱਤੇ ਵੀ ਜਿੰਨੀ ਮਤਲਬ ਹੁਣ ਤੱਕ ਸੱਟ ਮਾਰੀ ਹੈ, ਸੱਟ ਮਾਰੀ ਆ ਜਾਂ ਟਾਂਚ ਕੀਤੀ ਜਾਂ ਤਣਜ ਕੀਤਾ, ਉਹਦੇ ਤਰਕ ਦੇ ਤੌਰ 'ਤੇ। ਇਹ ਨਹੀਂ ਵੀ ਤਣਜ ਕਰ ਦਿਓ ਕਿ ਇਹਨੂੰ ਬਦਨਾਮ ਕਰੀ ਜਾਓ। ਬੇਸਿਕ ਜਿਹੜੀ ਮਤਲਬ ਅਸਲ 'ਚ ਗੱਲ ਸੀ ਉਹ ਇਹਨਾਂ ਨੇ ਕਹੀ ਹੈ ਸਮਾਜ ਨੂੰ। ਸਾਰ ਗੱਲ ਹੈ ਇਹ ਰਾਜਨੀਤੀ ਦੀ ਨਾ, ਇੱਕ ਅੱਧੀ ਲਾਈਨ ਜੀ ਛੱਡ ਕੇ ਛੁਰਲੀ ਜੀ ਭੱਜ ਜਾਂਦੇ ਨੇ ਫੇਸਬੁੱਕ 'ਤੇ, ਮੁੜ ਕੇ ਲੋਕ ਉਹਦੇ ਬਾਵਲੇ ਹੋਏ ਰਹਿੰਦੇ। ਬਿਲਕੁਲ ਬਿਲਕੁਲ, ਉਹ ਲਾਜ਼ਮੀ ਹੈ ਨਾ, ਜਿੱਥੋਂ ਤੁਹਾਡੀ ਕਮੇਡੀ 'ਚੋਂ ਤੁਹਾਡੀ ਕਵੀਸ਼ਰੀ ਆ, ਕਮੇਡੀ ਆ, ਕਲਾ ਹੈ, ਉਹਦੇ 'ਚੋਂ ਪਤਾ ਲੱਗੇ ਸਿਸਟਮ ਦਾ, ਸਮਾਜ ਦਾ ਪਤਾ ਲੱਗੇ, ਸਮਾਜ ਨੂੰ ਸੁਨੇਹਾ ਜਾਏ। ਦੇਖੋ ਕਲਾਕਾਰ ਜਿਹੜਾ ਹੁੰਦਾ ਨਾ। ਹਾਂ ਬਿਲਕੁਲ ਜੀ। ਇੱਕ ਹੋਰ ਹੁਣ ਤੁਹਾਡੀ ਮੈਂ ਪੋਲਿਟਿਕਸ ਕੱਟ ਕੇ ਅਤੇ ਗੋਆ ਲੈ ਕੇ ਜਾ ਰਿਹਾ ਤੁਹਾਨੂੰ, ਠੀਕ ਹੈ? ਸੀਕ੍ਰੇਟ ਹੈ ਬਾਈ ਗੋਡ, ਹਾਏ ਨਜ਼ਾਰੇ ਆਉਣਗੇ। ਅੱਛਾ ਗੋਆ ਤਾਂ ਕੀ ਕਹਿਣਾ ਚਾਹੁੰਦੇ? ਅੱਛਾ ਕੱਪੜੇ ਕੱਪੜੇ ਕਿਹੜੇ ਪਾਉਂਗੇ? ਇਹਨਾਂ ਦਾ ਡਿਜ਼ਾਈਨ ਕੀਤਾ ਹੋਇਆ, ਮੈਂ ਤਾਂ ਡਿਜ਼ਾਈਨ ਕੀਤਾ ਹੋਇਆ, ਮੇਰੇ ਡਿਜ਼ਾਈਨ ਕੀਤਾ, ਮੇਰੇ ਤਾਂ ਫੁੱਲਾਂ ਵਾਲਾ ਕੱਚਾ ਹੋਊਗਾ। ਬੌਬੀ ਬਾਜਵੇ ਦਾ ਇਹਨਾਂ ਦਾ ਕੱਚਾ ਡਿਜ਼ਾਈਨ ਹੈ। ਓਏ ਬੌਬੀ ਬਾਜਵੇ ਬਾਰੇ ਵੀ ਪੱਕੀ ਗੱਲ ਹੈ, ਬੌਬੀ ਬਾਜਵਾ ਸਿਰਫ ਇੱਕ ਆਰਟਿਸਟ, ਇੱਕ ਵੀਡੀਓ ਡਾਇਰੈਕਟਰ ਨਹੀਂ, ਫਿਲਮ ਡਾਇਰੈਕਟਰ ਹੈ ਔਰ ਕਈ ਇਹ ਮਲਟੀ ਜਿਹਨੂੰ ਕਹਿ ਦਈਏ ਨਾ, ਟੈਲੈਂਟਡ ਬੰਦਾ। ਮੈਨੂੰ ਡਾਇਰੈਕਟਰ ਕਰਨਾ ਬਹੁਤ ਔਖਾ ਲੱਗਦਾ, ਮੱਥਾ ਮਾਰੀ ਜਾਓ, ਨੌ ਅੰਡ ਜੇ ਤੇ ਆਉਂਦਾ
ਫਾਇਦਾ ਕੋਈ ਨੀ, ਜਾਣਦਾ ਕੋਈ ਨੀ। ਅਸੀਂ 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 ਨਾ ਇੱਕ ਫਿਲਮ ਸ਼ੂਟ ਕੀਤੀ ਹੈ ਭਾਗ ਭਰੀ, ਹੈ ਨਾ, ਇੰਨੀ ਸੋਹਣੀ ਬਣੀ ਹੈ ਨਾ ਫਿਲਮ, ਪਰ ਐਡਾ ਵਧੀਆ ਮੈਸੇਜ ਉਹਦੇ ਸਾਰੇ ਫਰੇਮ ਆਏ ਨੇ ਵੀ ਜਿਵੇਂ ਪੇਂਟਿੰਗ ਹੈ, ਪੇਂਟਿੰਗ ਕੈਨਵਸ ਹੈ ਵੀ। ਔਰ ਇੱਕ ਇਹ ਪਹਿਲਾ ਹੀਰੋ ਹੈ ਜਿਹੜਾ ਮੈਨੂੰ ਤੱਕ ਰਿਹਾ ਸੀ ਉਹ ਯਾਰ ਮੈਂ ਇੱਥੋਂ ਵੀ ਰੋਲ ਕਰਾ, ਮੇਰਾ ਮਾੜਾ ਮੋਟਾ ਹੀ ਹੈ, ਮਰਾ ਮੁਰੀ ਹੁੰਦਾ ਮੈਂ ਤਾਂ। ਇਹ ਤਾਂ ਗ੍ਰੇਟ ਐਕਟਰ। ਆਓ ਜੀ ਆਪਾਂ ਅੱਗੇ ਵੱਧਦੇ ਆਪਾਂ ਹੁਣ। ਥੈਂਕ ਯੂ, ਥੈਂਕ ਯੂ। ਦੂਜਾ ਸੀਨ ਵਾਸਤੇ ਅਸੀਂ ਤਿਆਰ ਹੋ ਗਏ ਤੇ ਟੇਕ ਤਿਆਰ ਹੈ। ਮੈਂ ਤੇਰੀ ਦੁਸ਼ਮਣ ਦੁਸ਼ਮਣ ਤੂੰ ਮੇਰਾ, ਤੂੰ ਨਾਗਿਨ ਮੈਂ ਯਾਰ, ਇਹ ਨਾਗਿਨ ਬਣ ਕੇ ਯਾਰ ਹੁਣ ਕਾਲੇ ਕੱਪੜੇ, ਕਾਲੇ ਕੱਪੜੇ ਪਾਏ, ਇੱਕ ਬੀਬੀ ਹੱਡਾ ਇੱਧਰ ਬੈਠੀ ਹੈ, ਬਸ ਇਹ ਹਾਏ ਹਾਏ ਹੈ, ਇਹ ਹਾਏ ਹਾਏ ਇਹ ਇਹਨੇ ਕਹਾ। ਮੈਂ ਇਹਨੂੰ ਕਿਹਾ ਮਾਂ ਤੇਰੇ ਨਾਲ ਡਾਇਲੋਗ ਹੈ, ਕਹਿੰਦੀ ਮੈਂ ਨਹੀਂ ਬੋਲਦਾ ਡਾਇਲੋਗ, ਮੈਨੂੰ ਖੜੀ ਕਰ ਦਿਓ, ਕਹਿੰਦੀ ਬਸ ਮੈਨੂੰ ਡੰਮੀ ਖੜੀ ਕਰ ਦਿਓ। ਤੇ ਇਹ ਖੈਰ ਪੱਤਰਕਾਰ ਦਾ ਸੀਨ ਸੀਗਾ, ਪੱਤਰਕਾਰ ਦਾ ਕਰਨਾ ਸੀਨ ਸੀਗਾ, ਨਹੀਂ ਹੈਗਾ ਹੈਗਾ ਕਰਨਾ ਤੇਜਿੰਦਰ ਕੌਰ ਨੇ ਸੀ, ਪਰ ਹੁਣ ਤੇਜਿੰਦਰ ਕੌਰ ਦੀ ਥਾਂ 'ਤੇ ਇਹ ਬੀਬੀ, ਇਹ ਵੀ ਸੋਹਣੀ ਬਹੁਤ ਹੈ ਗੱਲ, ਇਹ ਪੱਤਰਕਾਰ ਸੋਹਣੀਆਂ ਬੀਬੀਆਂ ਦਿੰਦੇ ਪੱਤਰਕਾਰ, ਹਾਂ ਸ਼ਕਲ ਵੀ ਸੋਹਣੀ ਹੈ, ਨਹੀਂ ਪੱਤਰਕਾਰ ਨਹੀਂ ਬਣ ਸਕਦੇ, ਇਹ ਵੀ ਪੱਤਰਕਾਰ ਹੈ ਜੀ, ਤੁਸੀਂ ਤਾਂ ਹੈ ਹੀ ਪੱਤਰਕਾਰ ਹਾਂ, ਰੀਅਲ ਪੱਤਰਕਾਰ। ਹਾਂਜੀ, ਕੀ ਕਹਿਣਾ ਚਾਹੁੰਦੇ? ਵੇਟ ਕਰ ਰਹੇ ਹਾਂ ਸਾਡੀ ਵਾਰੀ ਕਦੋਂ ਆਊਗੀ। ਇਹ ਕਹਿੰਦੀ ਭੁੱਖ ਬਹੁਤ ਲੱਗੀ, ਬਹੁਤ ਜ਼ਿਆਦਾ ਭੁੱਖ ਲੱਗੀ ਹੈ ਕਿ ਭੜਕੀ ਹੈ? ਲੱਗੀ ਹੈ, ਲੱਗੀ, ਚੌਲ ਕੜੀ ਤੇ ਬੈਠੇ ਹਾਂ, ਕਦੋਂ ਆਊਗਾ ਜੀ? ਇਧਰੋਂ ਸਿਮਰਨ ਜੀ ਵੀ ਆਪਣੀ ਸੀਨ ਦੀ ਵੇਟ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਬਸ ਆਪਾਂ ਦੋਸਤ ਨੂੰ ਬਾਰ ਬਾਰ ਸਤਿ ਸ਼੍ਰੀ ਅਕਾਲ। ਦੇਖੋ ਇਹ ਸੋਹਣੀ ਕਹਿਣ ਦੇ ਕਾਪੀ ਰਾਈਟ ਸਿਰਫ ਮੇਰੇ ਕੋਲ ਆ, ਬਾਈ ਗੋਡ ਮਿਲਾਓ ਬੰਦੇ, ਲੈ ਸਾਹਿਬ ਬੰਦੇ ਲੱਭੋ ਕਿੱਥੇ ਜਿਹੜੇ ਪਹਿਲਾਂ ਕਹਿ ਗਏ ਸਤਿ ਸ਼੍ਰੀ ਅਕਾਲ। ਮਿਲਦੇ ਆ ਬਾਈ, ਕਲਾਈਮੈਕਸ ਇਹ ਸਾਡੇ ਦਿਲਜੀਤ ਦੁਸਾਂਝ ਜੀ, ਯਾਰ ਚੱਲੇ ਕੁਚੀਲਾ, ਇਹ ਬੀਬੀ ਸਾਡੀ ਹੀਰੋ ਨੇ, ਕੀ ਕਹਿਣਾ ਚਾਹੁੰਦੇ ਕਲਾਈਮੈਕਸ? ਆ ਜਾਓ ਭੈਣ ਜੀ, ਆ ਜਾਓ ਆ ਜਾਓ ਨਾਲ, ਆ ਜਾਓ, ਨਹੀਂ ਮੇਰੀ ਤਾਂ ਭੈਣ ਹੀ ਆ ਦੁਕਾਨ, ਨਹੀਂ ਨਹੀਂ ਹਾਂਜੀ, ਕੀ ਕਹਿਣਾ ਚਾਹੁੰਦੇ ਅੱਜ ਫਿਲਮ ਦਾ ਕਲਾਈਮੈਕਸ? ਬਹੁਤ ਸੱਟਾਂ ਲੱਗੀਆਂ ਵੀਰੇ, ਗਾਇਸ ਵੀਰੇ, ਫਿਰ ਵੀ ਮੇਰਾ ਹਾਲ ਚਾਲ ਪੁੱਛਣ ਆਏ ਨੇ, ਮੇਰਾ ਹਾਲ ਚਾਲ ਪੁੱਛਣ ਆਇਆ, ਬਿਨਾਂ ਫਰੂਟ ਫਲ ਫਰੂਟ ਲੈ ਕੇ ਆਏ, ਕੁਛ ਨਹੀਂ ਲੈ ਕੇ ਆਏ, ਜ਼ਮਾਨਾ ਮਾਡਰਨ, ਅੱਜ ਕੱਲ੍ਹ ਇੰਟਰਨੈਟ 'ਤੇ ਚੱਲਦਾ ਸਾਰਾ ਕੁਛ। ਮੈਡਮ ਕੁਛ ਕਹਿ ਰਹੇ ਸੀਗੇ, ਹੁਣ ਮੈਂ ਬਹੁਤ ਮਜ਼ਾ ਆਇਆ ਸ਼ੂਟ ਦੇ ਦੌਰਾਨ ਵੀ, ਤੇ ਅੱਜ ਸਾਡਾ ਲਾਸਟ ਡੇ ਆ, ਸੋ ਥੋੜੇ ਯੂਨੋ ਫੀਲ ਵੀ ਹੋ ਰਿਹਾ ਕਿ ਸ਼ੂਟ ਖਤਮ ਹੋ ਗਿਆ, ਬਟ ਇਟਸ ਓਕੇ, ਮੂਵੀ ਛੇਤੀ ਛੇਤੀ ਆਵੇ, ਤੁਸੀਂ ਉਹਨੂੰ ਦੇਖੋ, ਇੰਜੋਏ ਕਰੋ, ਤੇ ਸਾਨੂੰ ਬਹੁਤ ਸਾਰੀ ਬਲੈਸਿੰਗਸ ਦਿਓ। ਅਗਲੀਆਂ ਫਿਲਮਾਂ ਵੀ ਸ਼ੁਰੂ ਕਰਨੀਆਂ ਆਪਾਂ ਜੀ, ਬਿਲਕੁਲ ਇੱਕੋ ਫਿਲਮ ਤੇ ਨਿਆਣਾ, ਬਿਲਕੁਲ ਜੀ, ਮਿਹਨਤ ਕਰਨ ਲੱਗੇ ਹੋਏ ਆ, ਠੀਕ ਹੈ।
ਇਹ ਬੀਬੀ ਚਾਰ ਚੱਲੇ ਕੁੱਛੀ ਲਾ ਕੀ ਕਹਿਣਾ ਚਾਹੁੰਦੇ ਹੋ, ਅਰੇ ਕਲਾਈਮੈਕਸ ਸ਼ੂਟ ਆ ਕੀ ਕਹਿਣਾ ਚਾਹੁੰਦੇ ਹੋ? ਲਹਿਲ ਸਾਹਿਬ ਵੇਟ ਕਰ ਰਹੇ ਆਪਣੇ ਸੀਨ ਦੇ,